दर्शकों ब्रेक थोड़ा साहब का भरपूर स्वागत है। व्यूअर्स इस वाले सैगमेंट ਦੇ ਵਿੱਚ ਆਪਾਂ ਤੁਹਾਡੀਆਂ ਲਿਖਤਾਂ ਤੁਹਾਡੇ ਕਮੈਂਟਸ ਆਪਾਂ ਸਾਂਝੇ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਕੱਲ ਜਿਹੜਾ ਅਸੀਂ ਸੈਗਮੈਂਟ ਖਾਸ ਤੌਰ ਤੇ ਜਿਵੇਂ ਪੰਜਾਬ ਦੇ ਵਿੱਚ ਹਿੰਦੂ ਤਵੀਆਂ ਨੇ ਪੰਜਾਬੀ ਸਿੱਖ ਕਲਾਕਾਰਾਂ ਨੂੰ ਹਰਾਸ ਕਰਨਾ ਸ਼ੁਰੂ ਕੀਤਾ ਹੈ। ਖਾਸ ਤੌਰ ਤੇ ਜਿਹੜਾ ਵੀਰ ਸਿੰਘ ਦਾ ਗੀਤ, ਜਿਹੜਾ ਕਿ ਸਮਾਜ ਦੇ ਵਿੱਚ ਇਨਜਸਟਿਸ ਦੇ ਉੱਤੇ ਸਿੱਧੀ ਚੋਟ ਸੀ, ਉਸ ਦੇ ਵਿੱਚ ਕੋਈ ਇੱਕ ਧਰਮ ਨੂੰ ਕੋਈ ਟਾਰਗੇਟ ਨਹੀਂ ਸੀ ਕੀਤਾ ਗਿਆ, ਪਰ ਜਿਵੇਂ ਹਿੰਦੂ ਤਵੀਆਂ ਨੇ ਪੰਜਾਬ ਬੀਜੇਪੀ, ਹਿਮਾਚਲ, ਬਿਹਾਰ, ਉਹਨਾਂ ਦੇ ਕਿੰਨੇ ਗਰੁੱਪਾਂ ਨੇ ਮਿਲ ਕੇ ਕਿਸ ਕਿਸਮ ਦਾ ਇੱਕ ਸਿਨਿਸਟਰ ਕੈਂਪੇਨ ਸ਼ੁਰੂ ਕੀਤਾ। ਕਈ ਟਵੀਟ ਹੈਂਡਲਰਸ ਦੇ ਸਿੱਖਾਂ ਦੇ ਖਿਲਾਫ ਟਵੀਟ ਪਾਏ ਗਏ, ਪੁਲਿਸ ਥਾਣਿਆਂ ਦੇ ਵਿੱਚ ਅੱਡ-ਅੱਡ ਥਾਵਾਂ ਤੇ ਰਿਪੋਰਟਾਂ ਦਰਜ ਕੀਤੀਆਂ ਗਈਆਂ, ਔਰ ਇਸ ਦੇ ਨਾਲ ਨਾਲ ਈਵਨ ਇੱਥੋਂ ਤੱਕ ਜਾ ਕੇ ਕਿਸੇ ਨੇ ਲੱਖ ਰੁਪਈਆ ਅਨਾਊਂਸ ਕੀਤਾ ਸ਼ਿਵ ਸੈਨਾ ਦੂਜੇ ਨੇ ਕਿ ਜੀ ਉਹਦਾ ਮੂੰਹ ਕਾਲਾ ਕਰੋ, ਔਰ ਕਿਸੇ ਨੇ ਕੋਈ ਹੋਰ ਕੀਤਾ। ਸੋ ਇਹ ਸਾਰੇ ਚ ਪੋਜ਼ਿਟਿਵ ਲਾਈਨ ਮੈਂ ਸਮਝਦਾ ਹਾਂ ਵੀ ਇੱਕ ਪਾਸੇ ਜਿਵੇਂ ਵੀਰ ਸਿੰਘ ਜਿਹੜੇ ਲਖਾਰੀ ਨੇ ਉਹਨਾਂ ਨੇ ਆਪਣੇ ਜਿਹੜਾ ਉਹਨਾਂ ਨੇ ਮੀਡੀਆ ਵਾਲਿਆਂ ਨਾਲ ਗੱਲਬਾਤ ਚ ਆਪਣੇ ਆਪ ਨੂੰ ਠੀਕ ਕਿਹਾ, ਔਰ ਉਹਨਾਂ ਨੇ ਬਿਲਕੁਲ ਮਾਫ਼ੀ ਮੰਗਣ ਤੋਂ ਨਾ ਕੀਤੀ। ਉਹਨਾਂ ਨੇ ਕਿਹਾ ਵੀ ਮੈਂ ਤਾਂ ਸੋਸ਼ਲ ਜਸਟਿਸ ਦੀ ਗੱਲ ਕੀਤੀ ਹੈ, ਔਰ ਜ਼ਾਹਰ ਹੈ ਕਿ ਕੋਈ ਇਹਨੂੰ ਸਾਬਤ ਕਰੇ ਕਿ ਭਾਈ ਅਸੀਂ ਧੱਕਾ ਨਹੀਂ ਕਰ ਰਹੇ, ਔਰ ਉਹਦੇ ਚ ਕੋਈ ਇੱਕ ਧਰਮ ਦੀ ਗੱਲ ਨਹੀਂ ਹੈ, ਸਾਰੇ ਹੀ ਜਿਹੜੇ ਨੇ ਉਹ ਇਸ ਦੇ ਲਈ ਕਿ ਉਹਨਾਂ ਨੇ ਇਨਸਾਨੀਅਤ ਨੂੰ ਛੱਡ ਕੇ ਉਹ ਹੋਰ ਰਾਹ ਰੀਤਾਂ ਦੇ ਵਿੱਚ ਪਏ ਹੋਏ ਨੇ, ਇਸ ਦਾ ਜ਼ਿਕਰ ਕੀਤਾ। ਸੋ ਇਸ ਸਾਰੇ ਦੇ ਵਿੱਚ ਜਿਹੜਾ ਸਾਡੇ ਦਰਸ਼ਕਾਂ ਵੱਲੋਂ ਦੋਵੇਂ ਪਾਸੇ ਇਸ ਨੂੰ ਕਾਫੀ ਹੁੰਗਾਰਾ ਵੀ ਮਿਲਿਆ, ਔਰ ਕਾਫੀ ਇਸ ਵੇਲੇ ਲਾਈਵਲੀ ਡਿਬੇਟ ਹੈ ਇਸ ਇਸ਼ੂ ਦੇ ਉੱਤੇ। ਔਰ ਕਿਉਂਕਿ ਅਸੀਂ ਕੱਲ ਭੈਣ ਜੀ ਅਮਨਜੋਤ ਕੌਰ ਹੋਰਾਂ ਦੀ ਲਿਖਤ ਨੂੰ ਬੇਸ ਬਣਾਇਆ ਸੀ ਇਸ ਟੌਪਿਕ ਨੂੰ ਡਿਸਕਸ ਕਰਨ ਲਈ, ਅੱਜ ਵੀ ਉਹਨਾਂ ਨੇ ਸਾਨੂੰ ਲਿਖਿਆ, ਪਰ ਅੱਜ ਉਹਨਾਂ ਨੇ ਉਹਦਾ ਪੋਜ਼ਿਟਿਵ ਆਸਪੈਕਟ ਵੀ ਦਿੱਤਾ ਕਿ ਬਈ ਜਿਹਦਾ ਉਹਨਾਂ ਨੇ ਅਨੁਮਾਨ ਹੀ ਦਿੱਤਾ ਆਪਣੀ ਲਿਖਤ ਦਾ, ਰਣਜੀਤ ਬਾਵਾ ਇਸ਼ੂ ਬ੍ਰਿੰਗਸ ਦਲਿਤਸ ਬਹੁਜਨਸ ਕਲੋਜ਼ ਟੂ ਸਿੱਖਸ। ਇੱਕ ਬੜੀ ਚੰਗੀ ਡਿਵੈਲਪਮੈਂਟ, ਔਰ ਮੈਂ ਸਮਝਦਾ ਕਿ ਵੈਸੇ ਵੀ ਅਕਸਰ ਮੈਂ ਇਸ ਦੇ ਉੱਤੇ ਜਦੋਂ ਲਿਖਦਾ ਜਾਂ ਕਹਿੰਦਾ ਤੇ ਮੈਂ ਇੱਕ ਸਟੇਟਮੈਂਟ ਦਿੰਦਾ ਕਿ ਸਿੱਖਸ ਆਫ ਦਾ ਦਲਿਤਸ ਬਾਈ ਦਾ ਦਲਿਤਸ ਫੋਰ ਦਾ ਦਲਿਤਸ, ਕਿਉਂਕਿ ਸਿੱਖੀ ਹੈ ਹੀ ਐਮਪਾਵਰਮੈਂਟ ਦੀ ਗੱਲ ਉਹਨਾਂ ਲੋਕਾਂ ਦੀ ਜਿਹਨਾਂ ਪ੍ਰਥਾਏ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਸੀ, ਨੀਚਾਂ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ, ਨਾਨਕ ਤਿੰਨ ਕੈ ਸੰਗ ਸਾਥ ਵੱਡਿਆਂ ਸਿਉਂ ਕਿਆ ਰੀਸ, ਜਿੱਥੇ ਨੀਚ ਸੰਭਾਲੀਅਨ ਤਿੱਥੇ ਨਜ਼ਰ ਤੇਰੀ ਬਖਸ਼ਿਸ਼, ਕਿ ਉਸ ਰੱਬ ਦੀ ਨਜ਼ਰ ਬਖਸ਼ਿਸ਼ ਉੱਥੇ ਹੀ ਹੁੰਦੀ ਹੈ ਜਿੱਥੇ ਜਿਹਨਾਂ ਨੂੰ ਨੀਵੇਂ ਕਹਿ ਕੇ ਧਿਕਾਰ ਕੇ ਜਿਹਨਾਂ ਨੂੰ ਸਮਾਜ ਨੇ ਹਾਸ਼ੀਏ ਦੇ ਉੱਤੇ ਸੁੱਟਿਆ ਹੋਇਆ ਉਹੀ ਰੱਬ ਦੀ ਮਿਹਰ ਦੇ ਪਾਤਰ ਬਣਨ ਦੇ ਹੱਕਦਾਰ ਨੇ। ਔਰ ਇਸੇ ਗੱਲ ਨੂੰ ਜਦੋਂ 230 ਵਰੇ 10 ਗੁਰੂ ਸਾਹਿਬਾਨ ਨੇ ਇਹ ਐਮਪਾਵਰਮੈਂਟ ਨੂੰ ਉਸ ਸਿਖਰ ਤੱਕ ਲਿਆਂਦਾ ਕਿ ਫਿਰ ਗੁਰੂ ਕਲਗੀਧਰ ਪਾਤਸ਼ਾਹ ਨੇ ਅੰਮ੍ਰਿਤ ਦੀ ਦਾਤ ਬਖਸ਼ ਕੇ ਫਰਮਾਇਆ, ਇਨ ਗਰੀਬ ਸਿੱਖਨ ਕੋ ਦੇਊ ਪਾਤਸ਼ਾਹੀ, ਇਹ ਯਾਦ ਰੱਖੇ ਹਮਰੀ ਗੁਰਿਆਈ। ਔਰ ਜਿਵੇਂ ਅਸੀਂ ਰੰਗਰੇਟੇ ਗੁਰੂ ਕੇ ਬੇਟੇ ਭਾਈ ਜੈਤਾ ਜੀ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਦਿੱਲੀ ਤੋਂ ਅਨੰਦਪੁਰ ਸਾਹਿਬ ਤੱਕ ਲੈ ਕੇ ਆਏ, ਹੁਣ ਇਹ ਰੰਗ ਰਤੇ ਜਿਹਨਾਂ ਨੂੰ ਅੱਜ ਦਲਿਤ ਜਿਹੜਾ ਲਫ਼ਜ਼ ਹੈ ਇਸਤੇਮਾਲ ਕੀਤਾ ਜਾਂਦਾ ਹੈ, ਕਾਨੂੰਨ ਸ਼ਡਿਊਲ ਕਾਸਟ ਜਾਂ ਸ਼ਡਿਊਲ ਟ੍ਰਾਈਬ ਲਫ਼ਜ਼ ਨੇ, ਹਿੰਦੂਆਂ ਨੇ ਗਾਂਧੀ ਨੇ ਬੜੀ ਚਲਾਕੀ ਨਾਲ ਹਰੀਜਨ ਲਫ਼ਜ਼ ਵਰਤਿਆ ਸੀ, ਔਰ ਦੂਸਰੇ ਜਿਹੜੇ ਅਪਮਾਨਿਤ ਕਰਨ ਵਾਲੇ ਲਫ਼ਜ਼ ਨੇ ਉਹ ਮੈਂ ਆਪਣੀ ਜ਼ਬਾਨ ਤੇ ਨਹੀਂ ਲਿਆ ਸਕਦਾ, ਲੇਕਿਨ ਇਹ ਸਿੱਖੀ ਦੇ ਦੀਆਂ ਫਾਊਂਡੇਸ਼ਨ ਦੇ ਵਿੱਚ ਸੀ ਕਿ ਇਹਨਾਂ ਨੂੰ ਜੇ ਗੁਰੂ ਕੇ ਬੇਟੇ ਨੇ ਰੰਗਰੇਟੇ ਤਾਂ ਫਿਰ ਅਸੀਂ ਗੁਰੂ ਦੇ ਬੇਟੇ ਦੇ ਨਾਂ ਤੇ ਬੇਟੇ ਬੇਟੇ ਇੱਕੋ ਮਾਂ ਬਾਪ ਦੇ ਉਹ ਭਰਾ ਹੁੰਦੇ ਨੇ, ਲੇਕਿਨ ਅਨਫੋਰਚੁਨੇਟਲੀ ਸਾਡਾ ਵੀ ਇੱਕ ਵੱਡਾ ਤਬਕਾ ਉਸ ਸੋਸ਼ਲ ਉਸ ਸਮਾਜੀ ਮੈਂਟਲ ਸਲੇਵਰੀ ਚੋਂ ਨਹੀਂ ਨਿਕਲ ਸਕਿਆ ਜਿਹੜਾ ਕਿ 4000 ਸਾਲ ਦੀ ਬ੍ਰਾਹਮਣਵਾਦ ਦੀ ਵਰਣ ਵਿਵਸਥਾ ਨੇ ਪਾਇਆ ਹੋਇਆ ਸੀ। ਮੌਕੇ ਆਉਂਦੇ ਰਹੇ ਨੇ, ਡਾਕਟਰ ਬੀ ਆਰ ਅੰਬੇਦਕਰ ਦਾ ਸਿੱਖੀ ਵੱਲ ਝੁਕਾ 1930 ਦਾ ਉਸਦਾ ਜ਼ਿਕਰ ਅਸੀਂ ਅਕਸਰ ਕਰਦੇ, ਔਰ ਈਵਨ ਕਾਂਸ਼ੀ ਰਾਮ ਦੇ ਵੇਲੇ ਵੀ ਇੱਕ ਜਦੋਂ ਪੂਰੀ ਮੂਵਮੈਂਟ ਪੀਕ ਦੇ ਉੱਤੇ ਸੀ ਖਾਲਿਸਤਾਨ ਦੀ, ਔਰ ਹਰ ਕੋਈ ਖਾਲਿਸਤਾਨ ਦੇ ਵਿਰੋਧ ਵੱਲ ਲੱਗਾ ਹੋਇਆ ਸੀ, ਅੱਤਵਾਦ ਆਤਵਾਦ ਕਰ ਰਿਹਾ ਸੀ, ਉਦੋਂ ਵੀ ਕਾਂਸ਼ੀ ਰਾਮ ਉਹਨਾਂ ਨੇ ਕਿਹਾ ਸੀ
ਕਿ ਅਸੀਂ ਨਾ ਖਾਲਿਸਤਾਨ ਦੇ ਹੱਕ ਚ ਹੈ ਨਾ ਵਿਰੋਧ ਚ ਹੈ। ਉਸ ਪੀਰੀਅਡ ਚ ਇਹ ਕਹਿਣਾ ਵੀ ਬਹੁਤ ਵੱਡੀ ਗੱਲ ਸੀ, ਕਿਉਂਕਿ ਉਹਨਾਂ ਦੀ ਇੱਕ ਆਪਣੀ ਪਲੈਨਿੰਗ ਸੀ ਕਿ ਉਹ ਮੂਵਮੈਂਟ ਪੈਨ ਇੰਡੀਆ ਰਨ ਕਰ ਰਹੇ ਸੀ ਯੂਪੀ ਦੇ ਵਿੱਚ, ਜਿਹੜਾ ਉਹ ਦਲਿਤ ਐਮਪਾਵਰਮੈਂਟ ਬਹੁਜਨ ਦੀ ਜਿਹੜੀ ਉਹ ਤਾਕਤ ਹੈ ਉਹਦੇ ਰਾਹੀਂ ਪਾਵਰ ਲੈਣ ਦੀ ਕੋਸ਼ਿਸ਼ ਕਰ ਰਹੇ ਸੀ। ਔਰ ਜ਼ਾਹਰ ਹੈ ਲਈ ਵੀ, ਮਾਇਆਵਤੀ ਉਸੇ ਹੀ ਦੌਰ ਦੇ ਵਿੱਚ ਦੋ ਤਿੰਨ ਵਾਰ ਚੀਫ ਮਿਨਿਸਟਰ ਬਣੀ ਹੈ। ਵੱਖਰੀ ਗੱਲ ਹੈ ਕਿ ਮਾਇਆਵਤੀ ਖੁਦ ਉਸ ਕਿਸਮ ਦੀ ਕੈਪੀਟਲਿਸਟ ਸੁਸਾਇਟੀ ਦਾ ਸ਼ਿਕਾਰ ਹੋ ਕੇ ਔਰ ਉਹ ਸਾਰੀ ਮੂਵਮੈਂਟ ਨੂੰ ਡੀਰੇਲ ਕਰ ਦਿੱਤਾ। ਕਾਂਸ਼ੀ ਰਾਮ ਦੁਨੀਆਂ ਤੋਂ ਜਾ ਚੁੱਕੇ ਨੇ, ਲੇਕਿਨ ਇਹਦੇ ਚ ਕੋਈ ਸ਼ੱਕ ਨਹੀਂ ਹੈ ਕਿ ਇਹ ਪਹਿਲੀ ਵਾਰ ਸੀ ਕਿ ਹਿੰਦੂ ਕਊ ਬੈਲਟ ਦੇ ਵਿੱਚ ਜਿਹੜਾ ਬ੍ਰਾਹਮਣਵਾਦ ਨੂੰ ਜਿਹੜਾ ਇੱਕ ਸਖ਼ਤ ਚੈਲੰਜ ਮਿਲਿਆ। ਔਰ ਉਹਨਾਂ ਆਈਡੀਓਲੋਜੀਕਲ ਗਰਾਊਂਡਸ ਦੇ ਉੱਤੇ ਜਿਹੜੀਆਂ ਆਈਡੀਓਲੋਜੀਕਲ ਡਿਸਸਿਮਿਲੈਰਿਟੀਜ਼ ਕੀ ਨੇ ਦੋਨਾਂ ਵਿਚਾਰਧਾਰਾਵਾਂ ਚ, ਇਨਸਾਨੀਅਤ ਨੂੰ ਪਿਆਰ ਕਰਨ ਵਾਲੀ ਵਿਚਾਰਧਾਰਾ ਔਰ ਬ੍ਰਾਹਮਣਵਾਦ ਦੀ, ਉਹਨੂੰ ਗੁਰੂ ਨਾਨਕ ਸਾਹਿਬ ਨੇ ਲੇਖ ਕੀਤਾ। ਉਸ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਭਗਤ ਰਵਿਦਾਸ ਜੀ, ਭਗਤ ਕਬੀਰ ਜੀ, ਭਗਤ ਨਾਮਦੇਵ ਜੀ, ਇਹ ਸਾਰੀ ਜਿਹੜੀ ਵਿਚਾਰਧਾਰਕ ਲੜਾਈ ਹੈ। ਔਰ ਇਸ ਗੱਲ ਦਾ ਧਿਆਨ ਰਹੇ ਕਿ ਜਿਹੜੀ ਸਾਡੀ ਪੰਜਾਬ ਦੇ ਵਿੱਚ ਖਾਲਿਸਤਾਨ ਦੀ ਜਦੋਜਹਿਦ ਵੀ ਹੈ, ਇਹ ਕੋਈ 12-14 ਜ਼ਿਲ੍ਹਿਆਂ ਦੇ ਵਿੱਚ ਕੋਈ ਰਾਜ ਜਿਹਦਾ ਹੈਡ ਆਫ ਦਾ ਸਟੇਟ ਪੱਗ ਵਾਲਾ ਹੋਏ, ਇਹ ਨਹੀਂ ਹੈ। ਉਹ ਤਾਂ ਮਨਮੋਹਨ ਸਿੰਘ ਦੋ ਵਾਰ ਪ੍ਰਾਈਮ ਮਿਨਿਸਟਰ ਰਿਹਾ ਭਾਰਤ ਦਾ, ਪੰਜਾਬ ਦੇ ਵਿੱਚ ਪਿਛਲੇ 50 ਸਾਲ ਤੋਂ ਪੱਗ ਵਾਲੇ ਚੀਫ ਮਿਨਿਸਟਰ ਹੁੰਦੇ ਨੇ, ਇਹ ਨਹੀਂ। ਇਹ ਆਈਡੀਓਲੋਜੀਕਲ ਹੈ। ਔਰ ਮੈਂ ਸਮਝਦਾ ਵੀ ਸਿੱਖਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜਿਹੜੀਆਂ ਅਸੀਂ ਇਤਿਹਾਸ ਦੀਆਂ ਕੋਤਾਹੀਆਂ ਕੀਤੀਆਂ ਨੇ ਪਿਛਲੇ ਪੀਰੀਅਡ ਦੇ ਵਿੱਚ, ਜਿਹੜੇ ਮੌਕੇ ਆਏ, ਹੁਣ ਅਗੇਨ ਬ੍ਰਾਹਮਣਵਾਦ ਬੜੀ ਖਤਰਨਾਕ ਸ਼ਕਲ ਦੇ ਵਿੱਚ, ਪਹਿਲੀ ਵਾਰ ਹੈ ਇਹਨਾਂ 5.5 ਸਦੀਆਂ ਜਦੋਂ ਤੋਂ ਸਿੱਖੀ ਦਾ ਜਨਮ ਹੋਇਆ ਕਿ ਬ੍ਰਾਹਮਣਵਾਦ ਦੇ ਕੋਲ ਪੋਲੀਟੀਕਲ ਪਾਵਰ ਆਈ ਹੈ। ਔਰ ਜੂਨ ਰਾਸ਼ਟਰ ਜੋ ਉਹਨਾਂ ਨੇ ਕੀਤਾ, ਜ਼ਾਹਰ ਹੈ ਕਿ ਵੈਰੀਆਂ ਕੱਢ ਵਿਖਾਲਿਆ, 5 ਸਦੀਆਂ ਦਾ ਵੈਰ ਉਹਨਾਂ ਨੇ ਆਲਰੇਡੀ 5 ਸਦੀਆਂ ਦਾ ਵੈਰ ਕੱਢਦੇ ਆ, ਸਿੱਖਾਂ ਨੂੰ ਨਿਸ਼ਾਨੇ ਤੇ ਲਿਆ ਹੋਇਆ, ਮੁਸਲਮਾਨਾਂ ਨੂੰ ਨਿਸ਼ਾਨੇ ਤੇ ਲਿਆ ਹੋਇਆ, ਦਲਿਤਾਂ ਨੂੰ ਨਿਸ਼ਾਨੇ ਤੇ ਲਿਆ ਹੋਇਆ। ਔਰ ਇਸ ਮੁੱਦੇ ਦੇ ਉੱਤੇ ਖਾਸ ਤੌਰ ਤੇ ਜਦੋਂ ਅਸੀਂ ਦੇਖਦੇ ਕਿ ਲੈਫਟਿਸਟ, ਕਮਿਊਨਿਸਟ, ਫਰੀਡਮ ਆਫ ਐਕਸਪ੍ਰੈਸ਼ਨ ਦੀ ਗੱਲ ਕਰਨ ਵਾਲੇ, ਸਿੱਖਾਂ ਨੂੰ ਇਨਸਾਨੀਅਤ ਔਰ ਰੈਡੀਕਲਿਜ਼ਮ, ਇਨਸਾਨੀਅਤ ਸਿਖਾਉਣ ਦਾ ਜਿਹੜਾ ਉਹ ਝੱਲ ਵਖੇਰਨ ਵਾਲੇ ਔਰ ਅੱਤਵਾਦ ਨਾਲ ਜੋੜਨ ਵਾਲੇ ਅੱਜ ਬਿਲਕੁਲ ਚੁੱਪ ਬੈਠੇ ਨੇ। ਔਰ ਜੇ ਕੋਈ ਇਸ ਵੇਲੇ ਰਣਜੀਤ ਬਾਵਾ ਜਾਂ ਗੀਤ ਦੇ ਲਿਖਾਰੀ ਵੀਰ ਸਿੰਘ ਦੇ ਹੱਥ ਚ ਖਲੋਤਾ, ਤੁਸੀਂ ਉਹਨਾਂ ਦੇ ਟਵਿੱਟਰ ਹੈਂਡਲ, ਉਹ ਅੰਬੇਦਕਰਾਈਟ ਨੇ, ਦਲਿਤ ਨੇ। ਔਰ ਮੈਂ ਇਹ ਲਿਖਤ ਜਿਹੜੀ ਭੈਣ ਜੀ ਦੀ, ਇਹਦੇ ਤੇ ਸਪੈਸੀਫਿਕ ਹੈ, ਉਹਨਾਂ ਨੇ ਕਿਹਾ ਕਿ ਦਿਸ ਸੌਂਗ ਕੰਟਰੋਵਰਸੀ ਹੈਜ਼ ਬਰੋਟ ਬਹੁਜਨ, ਦਲਿਤ, ਮੂਲ ਨਿਵਾਸੀ, ਅੰਬੇਦਕਰਾਈਟਸ ਵਿਦ ਸਿੱਖਸ ਇਨ ਏ ਬਿਗ ਵੇ। ਆਲ ਦਲਿਤ ਆਊਟਫੁੱਟਸ ਆਰ ਸਪੋਰਟਿੰਗ ਰਣਜੀਤ ਬਾਵਾ ਐਂਡ ਵੀਰ ਸਿੰਘ, ਕਿਉਂਕਿ ਇਹ ਉਹਨਾਂ ਦੀ ਗੱਲ ਹੈ ਜਿਹੜੇ ਦਬੇ ਹੋਏ ਨੇ, ਦਲੇ ਹੋਏ ਨੇ, ਕਿ ਭਾਈ ਤੁਸੀਂ ਉਹ ਮਾਹੌਲ ਅੱਜ ਹਿੰਦੂ ਤਵੀਆਂ ਨੇ ਬਣਾ ਦਿੱਤਾ ਕਿ ਤੁਸੀਂ ਇਹ ਵੀ ਨੀ ਜ਼ਬਾਨ ਖੋਲ ਸਕਦੇ ਕਿ ਭਾਈ ਮੇਰੇ ਨਾਲ ਧੱਕਾ ਹੋ ਰਿਹਾ। ਉਹ ਇਹੀ ਕਹਿ ਰਹੇ ਆ ਗਰੀਬ ਕਿ ਮੇਰਾ ਕੀ ਕਸੂਰ ਹੈ, ਮੈਂ ਮੇਰੇ ਨਾਲ ਕਿਉਂ ਹੋ ਰਿਹਾ, ਕਿ ਅੱਜ ਮੈਂ ਇਨਸਾਨ ਵੀ ਨਹੀਂ ਹੈ। ਔਰ ਉਹਨਾਂ ਨੇ ਕਿਹਾ ਵੀ ਇਹ ਸਾਰੀਆਂ ਹੀ ਤਨਜ਼ੀਮਾਂ ਜਿਹੜੀਆਂ ਨੇ ਉਹ ਖਲੋਤੀਆਂ ਆ ਕੇ, ਟੂਡੇ ਦੇ ਈਵਨ ਟ੍ਰੈਂਡਡ ਸਟੈਂਡ ਵਿਦ ਰਣਜੀਤ ਬਾਜਵਾ, ਪੋਸਟਡ ਇੰਗਲਿਸ਼ ਟ੍ਰਾਂਸਲੇਸ਼ਨਸ ਆਫ ਮੇਰਾ ਕੀ ਕਸੂਰ ਸੌਂਗ ਲਿਰਿਕਸ, ਆਲ ਐਂਟੀ ਕਾਸਟ ਪੇਜਿਸ, ਐਂਟੀ ਬ੍ਰਹਿਮਨਿਜ਼ਮ ਸੋਸ਼ਲ ਮੀਡੀਆ ਅਕਾਊਂਟਸ ਆਰ ਪੋਸਟਿੰਗ ਹੈਸ਼ਟੈਗਸ ਇਨ ਫੇਵਰ ਆਫ ਰਣਜੀਤ ਬਾਵਾ ਐਂਡ ਅਗੇਂਸਟ ਬੀਜੇਪੀ, ਆਰਐਸਐਸ, ਵਿਸ਼ਵ ਹਿੰਦੂ ਪਰਿਸ਼ਦ, ਬਜਰੰਗ ਦਲ। ਫਿਰ ਉਹਨਾਂ ਨੇ ਕਿਹਾ ਕਿ ਵੀ ਈਵਨ ਇਸ ਸਭ ਦਾ ਨਤੀਜਾ ਹੈ ਕਿ ਅਨਪ੍ਰੈਸੀਡੈਂਟਿਡ ਟਵਿੱਟਰ ਸਟਾਰਮ ਅਕਰਡ ਆਲ ਈਵਨਿੰਗ ਟੂਡੇ ਵਿਦ ਆਲ ਅੰਬੇਦਕਰਾਈਟ ਅਕਾਊਂਟਸ ਟ੍ਰੈਂਡਿੰਗ ਹੈਸ਼ਟੈਗ ਸਟੈਂਡ ਵਿਦ ਰਣਜੀਤ ਬਾਜਵਾ, ਰਣਜੀਤ ਬਾਵਾ। ਹੁਣ ਜ਼ਾਹਰ ਹੈ ਵੀ ਇਸ ਕਿਸਮ ਦਾ ਟ੍ਰੈਂਡ ਉਹਨਾਂ ਨੇ ਹੈਸ਼ਟੈਗ ਦੇ ਨਾਲ ਸ਼ੁਰੂ ਕੀਤਾ ਕਿ ਟ੍ਰੈਂਡ ਹੀ ਇਹ ਕਰਨ ਲੱਗ ਗਏ ਨੇ। ਉਹਦਾ ਨਤੀਜਾ ਹੈ ਕਿ ਈਵਨ ਕੁਇੰਟ ਵੈਬਸਾਈਟ ਹੈਡ ਟੂ ਡੂ ਸਟੋਰੀ ਔਨ ਹਾਊ ਬੀਜੇਪੀ, ਵਿਸ਼ਵ ਹਿੰਦੂ ਪਰਿਸ਼ਦ ਵਰ ਥਰੈਟਨਿੰਗ ਰਿਪੀਟ ਆਫ 1984-6 ਆਫਟਰ ਰਣਜੀਤ ਬਾਵਾ ਸੌਂਗ, ਬਟ ਹਾਊ ਐਂਟੀ ਕਾਸਟ ਐਕਟਿਵਿਸਟ ਵਰ ਯੂਨਾਈਟਿਡ ਬਾਈ ਦਿਸ ਸੌਂਗ। ਉਹਨਾਂ ਨੇ ਕਿਹਾ ਸਿੱਖਾਂ ਨੂੰ ਧਮਕੀਆਂ ਦੇ ਰਹੇ ਨੇ ਕਿ ਤੁਹਾਨੂੰ 1984 ਭੁੱਲ ਗਿਆ। ਉਹਨਾਂ ਨੇ ਕਿਹਾ ਪਰ ਇਸ ਦਾ ਨਤੀਜਾ ਇਹ ਹੈ ਕਿ ਜਿਹੜੇ ਕਾਸਟ ਸਿਸਟਮ ਦੇ ਖਿਲਾਫ ਨੇ, ਜਿਵੇਂ ਸਾਰੇ ਉੱਪਰਲੇ, ਇਹ ਸਾਰੇ ਆ ਕੇ ਸਿੱਖਾਂ ਦੇ ਨਾਲ ਖਲੋ ਗਏ ਨੇ। ਈਵਨ ਅੰਮ੍ਰਿਤਧਾਰੀ ਬੀਬੀਆਂ ਹੈਵ ਰਿਲੀਜ਼ਡ ਵੀਡੀਓ ਸਿੰਗਿੰਗ ਦਿਸ ਸੌਂਗ, ਨਾਓ ਮੈਨੀ ਆਰ ਅਪਲੋਡਿੰਗ ਵੀਡੀਓਜ਼ ਆਫ ਦਿਸ ਸੌਂਗ
in their own rendition, even as BJP wants the song removed from all platforms. ਉਹਨਾਂ ਨੇ ਕਿਹਾ ਕਿ ਵੀ ਬੀਜੇਪੀ ਤਾਂ ਚਾਹੁੰਦੀ ਸੀ ਕਿ ਸਾਰੇ ਪਾਸਿਓਂ ਇਹ ਰਿਮੂਵ ਹੋ ਜਾਏ, ਜ਼ਾਹਰ ਹੈ ਈਵਨ ਬਾਵੇ ਨੇ ਵੀ ਪਹਿਲੀ ਸਟੇਜ ਤੇ ਡਿਲੀਟ ਕਰਤਾ, ਪਰ ਆਲਰੇਡੀ ਅੰਮ੍ਰਿਤਧਾਰੀ ਬੀਬੀਆਂ ਦਾ ਕਵਿਸ਼ਰੀ ਜੱਥਾ ਹੈ, ਉਹਨਾਂ ਨੇ ਇਸ ਨੂੰ ਗਾਇਆ ਔਰ ਹੋਰ ਵੀ ਬਹੁਤ ਸਾਰਿਆਂ ਨੇ ਜਿਹੜਾ ਆਪਣੀ ਢੰਗ ਦੇ ਨਾਲ ਇਸ ਦੀ ਰੈਂਡੀਸ਼ਨ ਉਹ ਕਰ ਰਹੇ ਨੇ। ਇਟ ਹੈਜ਼ ਐਂਡਡ ਅਪ ਓਪਨਿੰਗ ਰੇਅਰ ਮੂਮੈਂਟ ਆਫ ਸੋਲੀਡੈਰਿਟੀ ਵਿਦ ਸਿੱਖਸ ਐਂਡ ਬਹੁਜਨਸ, ਈਵਨ ਸਾਊਥ ਇੰਡੀਅਨ ਅੰਬੇਦਕਰਾਈਟਸ, ਦਲਿਤਸ, ਬਹੁਜਨਸ ਆਰ ਟ੍ਰੈਂਡਿੰਗ ਹੈਸ਼ਟੈਗ ਫਾਰ ਰਣਜੀਤ ਬਾਵਰ। ਉਹਨਾਂ ਨੇ ਕਿਹਾ ਜੀ ਇਹ ਇੱਕ ਓਪਰਚੁਨਿਟੀ ਹੈ, ਰੇਅਰ ਮੂਮੈਂਟ ਹੈ ਜਿੱਥੇ ਤੁਸੀਂ ਇੱਕ ਜੁੱਟਤਾ ਸਿੱਖਾਂ ਔਰ ਬਹੁਜਨਾਂ ਦੀ ਆਪਸ ਚ ਆਈ ਹੈ। ਸਾਊਥ ਇੰਡੀਆ ਦੇ ਵੀ ਅੰਬੇਦਕਰਾਈਟ ਔਰ ਜਿਹੜੇ ਦਲਿਤਸ ਨੇ ਔਰ ਬਹੁਜਨ ਨੇ ਉੱਥੇ ਵੀ ਇਹ ਹੈਸ਼ਟੈਗ ਟ੍ਰੈਂਡ ਕਰ ਰਿਹਾ। ਪੰਜਾਬੀ ਇੰਡੀਪੈਂਡੈਂਟ ਜਰਨਲਿਸਟ ਵਰ ਸਰਪ੍ਰਾਈਜ਼ ਟੂ ਸੀ ਨੋਨ ਪੰਜਾਬੀ ਟ੍ਰਾਂਸਲੇਟਿੰਗ ਮੇਰਾ ਕੀ ਕਸੂਰ ਸੌਂਗ ਇਨ ਟ੍ਰੈਂਡਿੰਗ ਹੈਸ਼ਟੈਗ ਫਾਰ ਏ ਪੰਜਾਬੀ ਸਿੰਗਰ, ਕਿ ਈਵਨ ਪੰਜਾਬ ਦੇ ਜਿਹੜੇ ਇੰਡੀਪੈਂਡੈਂਟ ਜਰਨਲਿਸਟ ਨੇ ਉਹਨਾਂ ਦੀਆਂ ਵੀ ਅੱਖਾਂ ਜਿਹੜੀਆਂ ਨੇ ਉਹ ਖੁੱਲ ਗਈਆਂ ਕਿ ਵੀ ਈਵਨ ਇਸ ਗਾਣੇ ਦਾ ਦੱਖਣੀ ਭਾਰਤ ਦੀਆਂ ਜ਼ਬਾਨਾਂ ਦੇ ਵਿੱਚ ਵੀ ਤਰਜਮਾ ਹੋ ਗਿਆ ਔਰ ਜਿਹੜੇ ਹੈਸ਼ਟੈਗ ਨੇ ਉਹ ਟ੍ਰੈਂਡ ਕਰ ਰਹੇ ਨੇ। ਦਿਸ ਇਜ਼ ਏ ਸਲੈਪ ਟੂ ਸੂਡੋ ਲੈਫਟਿਸਟ, ਸੂਡੋ ਕਮਿਊਨਿਸਟ, ਸੂਡੋ ਸੈਕੂਲਰ ਜਰਨਲਿਸਟ ਐਕਟਿਵਿਸਟ ਹੂ ਕੈਪਟ ਸਾਇਲੈਂਟ ਐਂਡ ਈਵਨ ਯੂਜੁਅਲ ਕ੍ਰਿਟਿਕਸ ਆਫ ਬੀਜੇਪੀ ਵਿਸ਼ਵ ਹਿੰਦੂ ਪਰਿਸ਼ਦ ਕੈਪਟ ਸਾਇਲੈਂਟ ਸਿੰਸ ਦੇ ਡੂ ਨਾਟ ਸਪੀਕ ਅਗੇਂਸਟ ਹਿੰਦੂਤਵ ਇਨ ਪੰਜਾਬ ਐਂਡ ਲਾਈਕ ਟੂ ਪ੍ਰੋਜੈਕਟ ਓਨਲੀ ਸਿੱਖਸ ਐਜ ਟ੍ਰਬਲ ਇਨ ਪੰਜਾਬ, ਕੋਵਾਰਡਿਸ ਆਫ ਲੈਫਟ ਐਂਡ ਕਾਂਗਰਸ ਇਜ ਆਲਸੋ ਐਕਸਪੋਜ਼ਡ ਨਾਓ। ਕਿ ਵੀ ਸਾਰੇ ਨੇ ਖੱਬੇ ਪੱਖੀ ਕਾਮਰੇਡ, ਇਹ ਝੂਠੇ ਜੇ ਕਾਮਰੇਡ, ਝੂਠੇ ਜੇ ਸੈਕੂਲਰ ਔਰ ਇਹ ਜਰਨਲਿਸਟ, ਇਹ ਸਾਰੇ ਜਿਹੜੇ ਚੁੱਪ ਰਹੇ ਕਿਉਂਕਿ ਉਹਨਾਂ ਦਾ ਨੈਰੇਟਿਵ ਹੀ ਇਹ ਹੈ ਕਿ ਸਿੱਖ ਟ੍ਰਬਲ ਮੇਕਰ ਨੇ, ਤੇ ਜੇ ਹੁਣ ਇਸ ਦੇ ਉੱਤੇ ਉਹ ਆਵਾਜ਼ ਚੁੱਕ ਕੇ ਕਹਿਣ ਕਿ ਭਾਈ ਇਹ ਇੱਕ ਇਨਜਸਟਿਸ ਦੀ ਆਵਾਜ਼ ਉਹਨੇ ਬੁਲੰਦ ਕੀਤੀ ਹੈ ਇਸ ਸੌਂਗ ਦੇ ਵਿੱਚ, ਤੇ ਫਿਰ ਉਹਨਾਂ ਦਾ ਜਿਹੜਾ ਫੋਕਸ ਸਿੱਖਾਂ ਤੋਂ ਹੈ ਉਹ ਪਾਸੇ ਹੁੰਦਾ, ਪਰ ਹੁਣ ਉਹਨਾਂ ਨੂੰ ਪਤਾ ਨੀ ਲੱਗ ਰਿਹਾ ਕਿ ਉਹ ਕਿਵੇਂ ਇਹਨੂੰ ਰਿਐਕਟ ਕਰਨ। ਪੰਥਕ ਡਾਇਸਪੋਰਾ ਆਲਸੋ ਜੁਆਇੰਟ ਦਿਸ ਟ੍ਰੈਂਡ ਸਿੰਸ ਰਣਜੀਤ ਬਾਵਾ ਹੈਜ਼ ਐਕਟਿਡ ਇਨ ਫਿਲਮ ਔਨ ਭਾਈ ਜੁਗਰਾਜ ਸਿੰਘ ਐਂਡ ਸੈਂਗ ਫਾਰ ਫਿਲਮ ਔਨ ਸੁੱਖਾ ਜਿੰਦਾ ਸ਼ਹੀਦ ਐਸ ਵੈਲ। ਇਹ ਤੂਫਾਨ ਸਿੰਘ ਜਿਹੜੀ ਫਿਲਮ ਹੈ ਉਹਦੇ ਚ ਵੀ ਉਹਨਾਂ ਨੇ ਐਕਟਿੰਗ ਕੀਤਾ, ਜਿਹੜਾ ਐਕਟ ਕੀਤਾ ਐਜ਼ ਏ ਐਕਟਰ ਸੀਗੇ ਰਣਜੀਤ ਬਾਵਾ, ਔਰ ਇਸੇ ਤਰ੍ਹਾਂ ਸੁੱਖਾ ਜਿੰਦਾ ਦੀ ਜਿਹੜੀ ਸ਼ਹੀਦ ਸਿੱਖਾ ਜਿੰਦਾ ਦੀ ਫਿਲਮ ਹੈ ਉਹਦੇ ਚ ਵੀ ਉਹਨਾਂ ਨੇ ਗਾਇਆ। ਸਿੱਖਸ ਕੈਨ ਐਂਡ ਸ਼ੁੱਡ ਯੂਜ਼ ਓਪਰਚੁਨਿਟੀ ਟੂ ਰੀਅਫਰਮ ਸੋਲੀਡੈਰਿਟੀ ਵਿਦ ਬਹੁਜਨਸ ਨਾਲ, ਕਿ ਭਾਈ ਇਹ ਮੌਕਾ ਹੈ ਕਿ ਅਸੀਂ ਬਹੁਜਨਾਂ ਦੇ ਨਾਲ, ਜਿਹੜੇ ਮੈਂ ਸਮਝਦਾ ਵੀ ਜਦੋਂ ਅਸੀਂ ਇਹ ਲਫ਼ਜ਼ ਵੀ ਕਹਿੰਦੇ ਹਾਂ ਸਾਡੇ ਕੋਲ, ਕਿਉਂਕਿ ਕਹਿਣ ਲਈ ਕੋਈ ਲਫ਼ਜ਼ ਤੋਂ ਬਿਨਾਂ ਤੁਸੀਂ ਐਕਸਪ੍ਰੈਸ ਨਹੀਂ ਕਰ ਸਕਦੇ, ਸਿੱਖ ਤਾਂ ਖੁਦ ਉਸ ਵਰਗ ਚੋਂ ਨੇ ਜਿਹਨਾਂ ਨੂੰ ਗੁਰੂ ਸਾਹਿਬ ਨੇ ਐਮਪਾਵਰ ਕੀਤਾ, ਜਿਨ ਕੀ ਜ਼ਾਤ ਵਰਣ ਕੁਲ ਮਾਹੇ ਸਰਦਾਰੀ ਨਾ ਭਈ ਕਦਾਹੇ, ਤਿੰਨ ਹੀ ਕੋ ਸਰਦਾਰ ਬਣਾਊ ਤਬੈ ਗੋਬਿੰਦ ਸਿੰਘ ਨਾਮ ਕਹਾਉ। ਗੁਰੂ ਨੇ ਤਾਂ ਉਹ ਜਿਹੜਾ ਜਿਹੜੇ ਬਿਲਕੁਲ ਪਾਵਰਲੈਸ ਸੀ ਉਹਨਾਂ ਨੂੰ ਪਾਵਰ ਦਿੱਤੀ, ਪਰ ਅਨਫੋਰਚੁਨੇਟਲੀ ਸਾਡੇ ਉਸ ਤਬਕੇ ਨੇ ਜਿਹੜੇ ਪਾਵਰ ਦੇ ਵਿੱਚ ਆਏ ਵਕਤ ਪਾ ਕੇ ਖੁਦ ਜਾਂ ਬ੍ਰਾਹਮਣ ਵਾਲੀ ਸੋਚ ਦੇ ਧਾਰਨੀ ਬਣੇ ਤੇ ਜਾਂ ਅਮਰਿੰਦਰ ਪ੍ਰਕਾਸ਼ ਬਾਦਲ ਵਾਂਗ ਬ੍ਰਾਹਮਣ ਦੇ ਹੱਥ ਠੋਕ ਕੇ ਬਣੇ। ਸੋ ਸਾਨੂੰ ਇਸ ਜ਼ਾਤ ਪਾਤੀ ਜਿਹੜਾ ਨਿਜ਼ਾਮ ਉਸ ਦੇ ਖਿਲਾਫ ਅਸੀਂ ਤਾਂ ਹੀ ਖਲੋ ਸਕਾਂਗੇ, ਪਹਿਲਾਂ ਆਪਣੀ ਜ਼ਹਿਨੀਅਤ ਚੋਂ ਇਹ ਬ੍ਰਾਹਮਣ ਕੱਢੀਏ। ਔਰ ਇਹ ਵੇਲਾ ਹੈ ਜਿਹੜੀ ਮੈਂ ਸਮਝਦਾ ਕਿ ਰੇਅਰ ਓਪਰਚੁਨਿਟੀ ਹੈ, ਕਈ ਵਾਰ ਇਹ ਮੌਕੇ ਹੀ ਹੁੰਦੇ ਨੇ ਜਿਹਦੇ ਚ ਤੁਸੀਂ ਸੋਲੀਡੈਰਿਟੀ ਵੀ ਦਿਖਾਉਂਦੇ ਹੋ। ਔਰ ਉਹਨਾਂ ਨੇ ਸੱਚਮੁੱਚ ਜਿਵੇਂ ਇਹ ਸਾਰਾ ਟ੍ਰੈਂਡ ਬਦਲ ਕੇ ਰੱਖ ਦਿੱਤਾ ਹੈਸ਼ਟੈਗ ਔਰ ਇਹ ਇਹ ਸਾਰੇ ਜਿਹੜਾ ਜ਼ਾਤ ਪਾਤੀ ਇਹਨਾਂ ਲੋਕਾਂ ਦੇ ਖਿਲਾਫ, ਔਰ ਉਹਨਾਂ ਨੂੰ ਘਬਰਾਹਟ ਹੋਏਗੀ ਕਿਉਂਕਿ ਉੱਥੋਂ ਦਾ ਸੋਲੂਸ਼ਨ ਹੀ ਇਹ, ਜੇ ਭਾਰਤ ਦੇ 200 ਮਿਲੀਅਨ ਮੁਸਲਮਾਨ, 200 ਮਿਲੀਅਨ ਤੋਂ ਜ਼ਿਆਦਾ ਹੀ ਦਲਿਤ ਟ੍ਰਾਈਬਲਸ ਮੂਲ ਨਿਵਾਸੀ ਔਰ 30 ਮਿਲੀਅਨ ਈਸਾਈ, 30 ਮਿਲੀਅਨ ਤੋਂ ਜ਼ਿਆਦਾ ਸਿੱਖ, ਔਰ ਇਹ ਸਾਰੇ ਇਕੱਠੇ ਹੋਣ ਤੇ ਇਹ 3.5% ਬ੍ਰਾਹਮਣਵਾਦੀ ਜਿਹਨਾਂ ਨੇ ਇਸ ਵੇਲੇ ਪੂਰਾ ਕਬਜ਼ਾ ਕੀਤਾ ਹੋਇਆ, ਇਹਨਾਂ ਨੂੰ ਦਿਨਾਂ ਦੇ ਵਿੱਚ ਜਿਹੜਾ ਉਹ ਇਹਨਾਂ ਦਾ ਜਿਹੜਾ ਗਲਬਾ ਉਸ ਦਾ ਖਾਤਮਾ ਕੀਤਾ ਜਾ ਸਕਦਾ ਹੈ, ਔਰ ਇਹੀ ਅਲਟੀਮੇਟਲੀ ਹੋਏਗਾ। ਇਸ ਤੋਂ ਬਿਨਾਂ ਜੇ ਅਸੀਂ ਕੱਲੇ ਕੱਲੇ ਕੁੱਟ ਖਾਵਾਂਗੇ ਇਹਨਾਂ ਦੇ ਹੱਥਾਂ ਚ ਕਿ ਜੀ ਉਹਦੇ ਨਾਲ ਹੋ ਰਿਹਾ ਮੈਨੂੰ ਕੀ, ਸੋ ਮੈਂ ਸਮਝਦਾ ਕਿ ਇਹ ਦਲਿਤ ਆਰਗਨਾਈਜੇਸ਼ਨ ਨੇ, ਮੂਲ ਨਿਵਾਸੀ ਆਰਗਨਾਈਜੇਸ਼ਨ ਨੇ
ਜਿਹੜਾ ਇਨੀਸ਼ੀਏਟਿਵ ਲਿਆ ਸਾਨੂੰ ਇਹਨੂੰ ਇਹੀ ਨਹੀਂ ਵੀ ਵੈਲਕਮ ਕਰਨਾ ਚਾਹੀਦਾ, ਸਾਨੂੰ 100 ਕਦਮ ਅੱਗੇ ਜਾ ਕੇ ਟੁਗੈਦਰਨੈਸ ਦੇ ਨਾਲ ਇਸ ਹਿੰਦੂਤਵਾ ਰਿਜੀਮ ਦੇ ਖਿਲਾਫ ਲੜਨ ਦੀ ਲੋੜ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਮੇਰੇ ਕੋਲ ਵੀ ਇੱਕ ਨਜ਼ਮ ਹੈਗੀ ਹੈ, ਮੈਂ ਸਾਂਝੀ ਕਰਨੀ ਚਾਹਾਂਗੀ ਜੇ ਤੁਹਾਡੀ ਇਜਾਜ਼ਤ ਹੋਵੇ। ਹਾਂਜੀ ਜੀ। ਰਣਜੀਤ ਖਾਲਸਾਨੀ ਸਾਨੂੰ ਲਿਖਦੇ ਨੇ, ਉਹਨਾਂ ਨਜ਼ਮ ਬਹੁਤ ਹੀ ਪਿਆਰੀ ਭੇਜੀ ਹੈ। ਉਹ ਲਿਖਦੇ ਨੇ ਕਿ ਇਹੋ ਐ ਕਸੂਰ ਕੇ ਤੂੰ ਮਾੜਿਆ ਨਾ ਪੋਤਾ, ਇਹੋ ਐ ਕਸੂਰ ਕੇ ਤੂੰ ਮਾੜਿਆ ਨਾ ਪੋਤਾ, ਮਾੜਿਆ ਦਾ ਨਹੀਂ ਤੂੰ ਲਤਾੜਿਆ ਨਾ ਪੋਤਾ, ਲਤਾੜਿਆ ਦਾ ਕਾਹਦਾ ਤੂੰ ਕਾਰਿਆ ਦਾ ਪੋਤਾ, ਮਹਿਲਾਂ ਨੂੰ ਚੁਣੌਤੀ ਦਿੰਦੇ ਧਾਰਿਆ ਨਾ ਪੋਤਾ। ਚਾਹੁੰਦਾ ਏ ਨਿਜ਼ਾਮ ਤੇਰੀ ਨਿਕਲੇ ਜ਼ੁਬਾਨ ਨਾ, ਚਾਹੁੰਦਾ ਏ ਨਿਜ਼ਾਮ ਤੇਰੀ ਨਿਕਲੇ ਨਾ ਨਿਕਲੇ ਜ਼ੁਬਾਨ ਨਾ, ਲੁੱਟ ਤੇ ਜੋ ਖੜੀ ਬੰਦ ਹੋ ਜਾਏ ਦੁਕਾਨ ਨਾ, ਕੇਸ ਕੜਾ ਕੰਗਾ ਕੱਛਾ ਕਿਤੇ ਕਿਰਪਾਨ ਨਾ, ਹੱਟੀਆਂ ਦੇ ਉੱਤੇ ਪਿਆ ਰਹਿ ਜਾਏ ਸਮਾਨ ਨਾ, ਚੁੱਕਣਾ ਸਵਾਲ ਕਰਾਉਣਾ ਚੁੱਕੇ ਨਾ ਸਵਾਲ ਕਰਵਾਉਣਾ ਤੈਨੂੰ ਚੁੱਪਾ, ਇਹੋ ਆ ਕਸੂਰ ਕੇ ਤੂੰ ਮਾੜਿਆਂ ਦਾ ਪੋਤਾ, ਮਾੜਿਆਂ ਦਾ ਨਹੀਂ ਤਾੜਿਆਂ ਦਾ ਪੋਤਾ, ਕਰਦੇ ਜੋ ਬਾਣੀ ਦਾ ਵਪਾਰ ਕਦੋਂ ਚਾਹੁਣਗੇ, ਕਰਦੇ ਜੋ ਬਾਣੀ ਦਾ ਵਪਾਰ ਕਦੋਂ ਚਾਹੁਣਗੇ, ਲੋਕਾਂ ਵਿੱਚ ਵੱਧ ਜਾਏ ਪਿਆਰ ਕਦੋਂ ਚਾਹੁਣਗੇ, ਵੇਲੀਆਂ ਜੋ ਗਿੱਜੇ ਸਰਦਾਰ ਕਦੋਂ ਚਾਹੁਣਗੇ, ਵੇਲੀਆਂ ਜੋ ਗਿੱਜੇ ਸਰਦਾਰ ਕਦੋਂ ਚਾਹੁਣਗੇ, ਵਿਹੜਿਆਂ ਚ ਆ ਜਾਏ ਬਹਾਰ ਕਦੋਂ ਚਾਹੁਣਗੇ, ਜਿਨ੍ਹਾਂ ਦੀਆਂ ਹੱਡਾਂ ਵਿੱਚ ਰੰਮੀ ਹੋਈ ਲੋਟਾ, ਇਹੋ ਆ ਕਸੂਰ ਕੇ ਤੂੰ ਮਾੜਿਆ ਨਾ ਪੋਤਾ, ਕਾਗਜ਼ਾਂ ਚ ਭਾਵੇਂ ਤੈਨੂੰ ਸਾਰੇ ਅਧਿਕਾਰ ਆ, ਕਾਗਜ਼ਾਂ ਚ ਭਾਵੇਂ ਤੈਨੂੰ ਸਾਰੇ ਅਧਿਕਾਰ ਆ, ਵੱਡੇ ਢਿੱਡਾਂ ਵਾਲਿਆਂ ਨੇ ਮਾਰੇ ਅਧਿਕਾਰ ਆ, ਲੱਕ ਨਾਲ ਝਾੜੂ ਤੇਰੇ ਗੱਲ ਵਿੱਚ ਠੂਠਾ ਏ, ਕੱਲ ਵੀ ਸੀ ਅੱਜ ਵੀ ਹਾਲਾਤ ਬਰਕਰਾਰ ਆ, ਸਿਰੀ ਤੇਰੀ ਫੇਰ ਨੂੰ ਇਹ ਇਕੱਠੇ ਹੋਏ ਜੋਟਾ, ਇਹੋ ਆ ਕਸੂਰ ਕੇ ਤੂੰ ਮਾੜਿਆਂ ਦਾ ਪੋਤਾ, ਮਾੜਿਆਂ ਦਾ ਨਹੀਂ ਤੂੰ ਲਤਾੜਿਆਂ ਦਾ ਪੋਤਾ, ਗੱਗ ਬਾਣੀ ਵਿੱਚ ਗੱਲਾਂ ਸੱਚੀਆਂ ਤੇ ਖਰੀਆਂ, ਗੱਗ ਬਾਣੀ ਵਿੱਚ ਗੱਲਾਂ ਸੱਚੀਆਂ ਤੇ ਖਰੀਆਂ, ਮੂਤ ਪੀਣਿਆਂ ਨੂੰ ਤਕਲੀਫਾਂ ਹੋਣ ਬੜੀਆਂ, ਬੋਲਿਆਂ ਤੇ ਬੋਲਾਂ ਉੱਤੇ ਪਹਿਰਾ ਦੇਵੀ ਮਿੱਤਰਾ, ਹਿਲਦੀਆਂ ਵੇਖੀ ਕੰਧਾਂ ਸੋਨੇ ਨਾਲ ਜੜੀਆਂ, ਮਰੋੜਾ ਦੇਣ ਧੋਣ ਅਜੇ ਫੜਿਆ ਹੀ ਗੋਟਾ, ਇਹੋ ਆ ਕਸੂਰ ਕੇ ਤੂੰ ਮਾੜਿਆਂ ਦਾ ਪੋਤਾ, ਮਾੜਿਆਂ ਦਾ ਨੀ ਤੂੰ ਲਤਾੜਿਆਂ ਦਾ ਪੋਤਾ। ਹਾਂ, ਮੈਂ ਸਮਝਦਾ ਕਿ ਵੀ ਇਹ ਵੀ ਇਸ ਮੁਹਿੰਮ ਦਾ ਹਿੱਸਾ ਹੈ, ਜਿਹੜਾ ਕਿ ਮੇਰਾ ਕੀ ਕਸੂਰ ਦੇ ਨਾਲ ਮੈਂ ਸਮਝਦਾ ਕਿ ਆਪਸ ਦੇ ਵਿੱਚ ਇੱਕ ਸਾਂਝਾ ਦਾ ਨਵਾਂ ਰਸਤਾ ਖੁੱਲਿਆ, ਜਿੱਥੇ ਸਾਨੂੰ ਅੱਗੇ ਵੱਧ ਕੇ ਆਪਣੇ ਦਲਿਤ ਵੀਰਾਂ ਭੈਣਾਂ ਨੂੰ ਗੱਲ ਨਾਲ ਲਾਉਣ ਦੀ ਲੋੜ ਹੈ, ਔਰ ਇਹ ਜਿਹੜਾ ਸੱਚਮੁੱਚ ਇੱਕ ਓਪਰਚੁਨਿਟੀ ਵੀ ਹੈ ਜਿਹੜੀ ਕਿ ਸਾਨੂੰ ਅਵੇਲ ਕਰਨੀ ਚਾਹੀਦੀ ਹੈ। ਔਰ ਅੱਜ ਹੀ ਸਾਨੂੰ ਵਿਆਨਾ ਆਸਟਰੀਆ ਤੋਂ ਜ਼ਾਹਿਦ ਇਕਬਾਲ ਜੀ ਨੇ ਆਪਣਾ ਆਡੀਓ ਮੈਸੇਜ ਰਿਕਾਰਡ ਕਰਕੇ ਭੇਜਿਆ, ਬੜਾ ਪਿਆਰਾ ਮੈਸੇਜ ਹੈ, ਔਰ ਉਹਦੇ ਚ ਉਹਨਾਂ ਨੇ ਜਿੱਥੇ ਸੱਚੋ ਸੱਚ ਨਾਲ ਆਪਣੀ ਮੁਹੱਬਤ ਦਾ ਇਜ਼ਹਾਰ ਕੀਤਾ ਹੈ, ਉੱਥੇ ਉਹਨਾਂ ਨੇ ਬਹੁਤ ਹੀ ਜਿਹੜੀ ਹੈ ਉਹ ਤਾਰੀਫ ਵਾਲੀਆਂ ਗੱਲਾਂ ਕੀਤੀਆਂ ਨੇ, ਉਹਦੇ ਅਸੀਂ ਕਾਬਲ ਤਾਂ ਨਹੀਂ ਹੈ, ਪਰ ਜਿਸ ਮੁਹੱਬਤ ਦੇ ਨਾਲ ਜ਼ਾਹਿਦ ਇਕਬਾਲ ਜੀ ਦੀ ਜ਼ਬਾਨ ਚੋਂ ਇੱਕ ਇੱਕ ਲਫ਼ਜ਼ ਨਿਕਲਿਆ, ਮੈਂ ਇਹੀ ਕਹਿਣਾ ਚਾਹੁੰਦਾ ਕਿ ਇਕਬਾਲ ਸਾਹਿਬ ਤੁਸੀਂ ਇਹਨਾਂ ਲਫ਼ਜ਼ਾਂ ਦੇ ਨਾਲ ਸਾਨੂੰ ਬਹੁਤ ਹੌਸਲਾ ਦਿੱਤਾ ਹੈ, ਤੁਹਾਡੇ ਵਰਗੇ ਵੀਰ ਭੈਣਾਂ ਹੀ ਸਾਡਾ ਅਸਲ ਸਰਮਾਇਆ ਨੇ, ਔਰ ਉਹਨਾਂ ਨੇ ਹੀ ਸਾਨੂੰ ਅੱਜ ਤੱਕ ਤੁਰਦੇ ਰੱਖਿਆ। ਇਸੇ ਤਰ੍ਹਾਂ ਇੱਕ ਸੈਗਮੈਂਟ ਤੇ ਸਾਡੇ ਵੀਰ ਮੁਹੰਮਦ ਖਾਨ ਜੀ ਨੇ ਜਿੱਥੇ ਬੜਾ ਪਿਆਰਾ ਮੈਸੇਜ ਲਿਖਿਆ, ਉਹਦੇ ਚ ਉਹਨਾਂ ਨੇ ਇਹ ਕਿਹਾ ਕਿ ਉਹਨਾਂ ਨੇ ਇੱਕ ਅੱਜ ਕੱਲ ਕੁਛ ਗਰੁੱਪ ਦੋਵੇਂ ਪਾਸੇ ਹੀ ਕੰਮ ਕਰਦੇ ਨੇ, ਜਿਹੜਾ ਇੱਕ ਪੰਜਾਬੀ ਲਹਿਰ ਹੈ ਸਾਡੇ ਲਹਿੰਦੇ ਪੰਜਾਬ ਵੱਲ, ਇੱਕ ਲਕੀਰਾਂ ਜਾਂ ਲਕੀਰ ਇੱਧਰ ਭਾਰਤੀ ਕਬਜ਼ੇ ਵਾਲੇ ਪੰਜਾਬ, ਜਿਹੜੇ ਕਿ 47 ਪੀਰੀਅਡ ਦੇ ਵਿੱਚ ਜਿਹੜੇ ਦੋਵੇਂ ਪਾਸਿਓਂ ਉਸ ਦੇਸ਼ ਵੰਡ ਦੇ ਵੇਲੇ ਜਿਹੜੇ ਨੇ ਉਹ ਮਾਈਗ੍ਰੇਟ ਕੀਤੇ, ਉਹਨਾਂ ਦੀਆਂ ਕੀ ਯਾਦਾਂ ਨੇ ਆਪਣੀ ਧਰਤੀ ਦੇ ਨਾਲ। ਸੋ ਮੁਹੰਮਦ ਖਾਨ ਜੀ ਨੇ ਸਾਨੂੰ ਇਹ ਰਿਕਮੈਂਡ ਕੀਤਾ ਸੀ ਕਿ ਇੱਕ ਬੀਬੀ ਕਾਨਾ ਸਿੰਘ ਜਿਹੜੀ ਕਿ ਗੁਜਰ ਖਾਨ ਪੋਠੋਹਾਰ ਨਾਲ ਜਿਹਨਾਂ ਦਾ ਸੰਬੰਧ ਹੈ, ਕਿ ਉਹ ਉਹਨਾਂ ਦਾ ਇੰਟਰਵਿਊ ਤੁਸੀਂ ਜ਼ਰੂਰ ਦੇਖਣਾ, ਔਰ ਜ਼ਾਹਿਰ ਹੈ ਕਿ ਮੈਂ ਉਸ ਇੰਟਰਵਿਊ ਨੂੰ ਦੇਖਿਆ ਵੀ, ਔਰ ਮੈਂ ਉਹਨੂੰ ਉਹਨਾਂ ਨੇ ਕਿਹਾ ਕਿ ਵੀ ਮੈਂ ਉਹਨੂੰ ਦੇਖਦਿਆਂ ਕਈ ਵਾਰ ਰੋਇਆ, ਬੀਬੀ ਬੜੀ ਐਲੋਕੁਐਂਟ ਹੈ ਔਰ ਜ਼ਾਹਿਰ ਹੈ ਕਿ ਪੰਜਾਬੀ ਦੀ ਲੇਖਿਕਾ ਵੀ ਹੈ, ਔਰ ਗੁਜਰ ਖਾਨ ਨਾਲ ਜੁੜੀਆਂ ਕੁਛ ਚੀਜ਼ਾਂ ਜਿਹੜੀਆਂ ਉਹਨਾਂ ਨੇ ਕਹੀਆਂ, ਕਿਉਂਕਿ ਇਹ ਹਿਸਟਰੀ ਦਾ ਪਾਰਟ ਰਿਹਾ ਕਿ ਕਿਵੇਂ। ਔਰ ਇੱਕ ਗੱਲ ਜਿਹੜੀ ਉਸੇ ਇੰਟਰਵਿਊ ਚ ਉਹਨਾਂ ਨੇ ਵੀ ਕਹੀ, ਉਸ ਤੋਂ ਪਹਿਲਾਂ ਇੱਕ ਬੀਬੀ ਗੁਜਰਾਲ ਜਿਹੜੇ ਉਹ ਵੀ ਪੰਜਾਬੀ ਰਾਈਟਰ ਨੇ,
ਜ਼ਾਹਿਰ ਹੈ ਪੋਠੋਹਾਰ ਦੀ ਧਰਤੀ ਚੋਂ ਬਹੁਤ ਸਾਰਾ ਜੇ ਪੰਜਾਬੀ ਅਦਬ ਦੇ ਹਵਾਲੇ ਨਾਲ ਅਸੀਂ ਦੇਖੀਏ ਪ੍ਰੋਫੈਸਰ ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਔਰ ਇਹੀ ਨਹੀਂ ਈਵਨ ਸਿੱਖੀ ਰਿਵਾਈਵਲ ਲਹਿਰ, ਸਿੰਘ ਸਭਾ ਲਹਿਰ ਜਾਂ ਇਹ ਸਾਰੇ ਦਾ ਵੀ ਸੰਬੰਧ ਉਸ ਪੋਠੋਹਾਰ ਬੈਲਟ ਨਾਲ ਜੁੜਦਾ ਹੈ। ਔਰ ਉਹਨਾਂ ਨੇ ਜਿਹੜਾ ਵੀ ਜ਼ਿਕਰ ਕੀਤਾ ਸੀ ਬੀਬੀ ਜਿਹੜਾ ਗੁਜਰਾਲ ਨੇ ਕਿ ਬਈ ਅਸੀਂ ਗੁਜਰ ਖਾਨ ਦੇ ਵਿੱਚ ਸਾਡਾ ਕੋਈ ਨੁਕਸਾਨ ਨਹੀਂ ਹੋਇਆ, ਔਰ ਇਹੀ ਬੀਬੀ ਕਾਨਾ ਸਿੰਘ ਨੇ ਵੀ ਕਿਹਾ। ਉਹਨਾਂ ਨੇ ਦੋਨਾਂ ਨੇ ਹੀ ਇੱਕ ਜਿਹੜੇ ਮੁਸਲਮਾਨ ਥਾਣੇਦਾਰ ਦਾ ਜ਼ਿਕਰ ਕੀਤਾ ਕਿ ਜਦੋਂ ਕਰਾਊਡਸ ਆਈਆਂ ਵੀ ਤਾਂ ਉਹਨਾਂ ਨੇ ਕਿਵੇਂ ਕੁਰਾਨ ਸ਼ਰੀਫ ਉਹਨਾਂ ਦੇ ਹੱਥ ਚ ਹੈ, ਔਰ ਉਹਨਾਂ ਨੇ ਉਹਨਾਂ ਨੂੰ ਕਿਹਾ ਵੀ ਤੁਹਾਡਾ ਮੈਂ ਨੁਕਸਾਨ ਨਹੀਂ ਹੋ ਜਿਹੜਾ ਇੱਥੇ ਤੁਹਾਨੂੰ ਮੈਂ ਆਪਣੀਆਂ ਕੋਈ ਵੀ ਇਹ ਲੁੱਟਮਾਰ ਨਹੀਂ ਕਰਨ ਦਿਆਂਗਾ, ਔਰ ਉਹਨਾਂ ਨੇ ਹੀ ਸਾਡੀਆਂ ਜਾਨਾਂ ਬਚਾਈਆਂ। ਸੋ ਮੈਂ ਇਹ ਸਮਝਦਾ ਕਿ ਵੀ ਇਹ ਜਿਹੜੇ ਗਰੁੱਪ ਆਪਣੇ ਤੌਰ ਤੇ ਕੰਮ ਕਰ ਰਹੇ ਨੇ, ਔਰ ਇਹ ਵੀ ਇਕੱਲਾ ਇੱਕ ਨਹੀਂ, ਬਹੁਤ ਸਾਰੇ ਇਸ ਕਿਸਮ ਦੇ ਇੰਟਰਵਿਊ ਨੇ ਜਿਹਨਾਂ ਦੇ ਵਿੱਚ ਇਹ ਗੱਲ ਦੋ ਚੀਜ਼ਾਂ ਮੈਨੂੰ ਵੀ ਜਦੋਂ ਵਕਤ ਮਿਲਦਾ ਹੈ ਕਿਉਂਕਿ ਇੱਕ ਇਤਿਹਾਸ ਦਾ ਸਟੂਡੈਂਟ ਹੋਣ ਦੇ ਨਾਤੇ ਇੱਕ ਓਰਲ ਹਿਸਟਰੀ ਹੈ, ਬਹੁਤ ਕੁਛ ਲਿਖਿਆ ਮਿਲਦਾ ਹੈ ਪਰ ਬਹੁਤ ਕੁਛ ਹੈ ਓਰਲ ਹਿਸਟਰੀ ਨੂੰ ਅੱਜ ਕ੍ਰੈਡੀਬਲ ਹਿਸਟਰੀ ਮੰਨਿਆ ਜਾਂਦਾ ਹੈ। ਕਿਵੇਂ ਦੋਵੇਂ ਪਾਸੇ ਇਹ ਪਾਗਲਪਨ ਦੀ, ਨਫ਼ਰਤ ਦੀ ਜਿਹੜੀ ਆ ਹਵਾ ਫਿਰਨ ਤੋਂ ਪਹਿਲਾਂ ਆਪਸੀ ਮੁਹੱਬਤ ਸੀ, ਅੰਡਰਸਟੈਂਡਿੰਗ ਸੀ। ਔਰ ਉਹ ਬੀਬੀ ਕਾਨਾ ਸਿੰਘ ਵੀ ਕਹਿ ਰਹੇ ਨੇ ਕਿ ਮੇਰੀ ਦਾਦੀ ਜਿਹੜੀ 108 ਸਾਲ ਦੀ ਹੋ ਕੇ ਜਿਹਨਾਂ ਦੀ ਮੌਤ ਹੋਈ, 90 ਸਾਲ ਦੀ ਉਮਰ ਤੋਂ ਬਾਅਦ ਉਹ ਮੰਜੇ ਤੇ ਪੈ ਗਏ ਸੀ, ਪਰ ਉਦੋਂ ਇਹ ਕਹਿੰਦੇ ਸੀ ਕਿ ਚਲੋ ਮੈਨੂੰ ਘਰ ਲੈ ਚਲੋ, ਘਰ ਨਹੀਂ ਜਾਣਾ ਸੀ। ਤੇ ਅਸੀਂ ਉਹਨਾਂ ਨੂੰ ਕਹਿਣਾ ਕਿ ਬੀ ਜੀ ਘਰ ਤਾਂ ਤੁਹਾਡਾ ਹੀ ਨਹੀਂ, ਮੈਂ ਘਰ ਜਾਣਾ, ਕਿ ਜਿਵੇਂ ਅਲਜ਼ਾਈਮਰ ਹੁੰਦਾ ਉਹਦੇ ਚ ਪੁਰਾਣੀ ਜਿਹੜੀ ਤੁਹਾਡਾ ਹੁੰਦਾ ਉਹ ਯਾਦ ਰਹਿੰਦਾ, ਕਰੰਟ ਭੁੱਲਦਾ। ਸੋ ਮਤਲਬ ਈਵਨ ਜੇ ਤੁਸੀਂ ਦੇਖੋ ਵੀ ਇਸ ਲੈਵਲ ਦੀ ਮੁਹੱਬਤ ਆਪਣੀ ਭੋਏ ਦੇ ਨਾਲ, ਆਪਣੀ ਮਿੱਟੀ ਦੇ ਨਾਲ, ਔਰ ਜਿਵੇਂ ਦੋਨੋਂ ਪਾਸੇ ਪਿਆਰ ਦਾ ਹੜ ਵਗਦਾ ਜਦੋਂ ਲੋਕ ਮਿਲਦੇ ਨੇ। ਸੋ ਮੁਹੰਮਦ ਖਾਨ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸੇ ਤਰ੍ਹਾਂ ਰਾਜਾ ਤਨਵੀਰ ਜੀ ਜਿਹੜੇ ਸਾਡੇ ਰੈਗੂਲਰ ਵਿਊਰ ਨੇ, ਇਟਲੀ ਤੋਂ ਲਿਖਦੇ ਨੇ, ਉਹਨਾਂ ਨੇ ਵੀ ਜਿਹੜਾ ਇਹ ਕਿਹਾ ਕੱਲ ਅਸੀਂ ਇੱਕ ਨਜ਼ਮ ਸ਼ਹੀਦ ਮਕਬੂਲ ਭੱਟ, ਕਿਉਂਕਿ ਮੈਂ ਭੱਟ ਕਿਹਾ ਸੀ ਤੇ ਮੈਨੂੰ ਇੱਕ ਨੇ ਕਿਹਾ ਜੀ ਨੇ ਲਿਖਿਆ ਵੀ ਨਹੀਂ ਇਹ ਭੱਟ ਹੈ, ਹਾਲਾਂਕਿ ਮੈਨੂੰ ਪਤਾ ਹੈ ਕਿ ਵੀ ਉਹੀ ਇੱਥੋਂ ਦੇ ਭੱਟ ਉੱਧਰ ਭੱਟ ਬਣ ਜਾਂਦੇ ਨੇ, ਪਰ ਜ਼ਾਹਰ ਹੈ ਕਿ ਉਹਨਾਂ ਦੀ ਸਪੈਲਿੰਗ ਜਿਹੜੀ ਹੈ ਭੱਟ ਵਾਲੀ ਹੈ। ਇਹਨਾਂ ਨੇ ਰਾਜਾ ਤਨਵੀਰ ਜੀ ਨੇ ਕਿਹਾ ਕਿ ਜੀ ਮੈਂ ਜਿਹੜਾ ਉਹਨਾਂ ਦਾ ਮਕਬੂਲ ਭੱਟ ਜਿਹਨਾਂ ਦਾ ਸੰਬੰਧ ਜੇਲਮ ਦੇ ਨਾਲ ਸੀ ਕਿ ਮੈਂ ਵੀ ਉਸੇ ਸ਼ਹਿਰ ਤੋਂ ਹਾਂ। ਸੋ ਅਸੀਂ ਇਹਨਾਂ ਸਾਰੇ ਵੀਰਾਂ ਭੈਣਾਂ ਦਾ, ਔਰ ਬਹੁਤ ਸਾਰੇ ਮੈਸੇਜਿਸ ਹੁਣ ਸਾਨੂੰ ਜਿਹੜੇ ਨੇ ਮੈਂ ਭਾਵੇਂ ਕੱਢੇ ਹੋਏ ਸੀ ਪਰ ਕਈ ਵਾਰ ਵਕਤ ਦੀ ਸੀਮਾ ਸਾਨੂੰ ਅੱਗੇ ਨਹੀਂ ਜਾਣ ਦਿੰਦੀ, ਪਰ ਅਸੀਂ ਇਸੇ ਤਰ੍ਹਾਂ ਹੀ ਤੁਹਾਡੇ ਜਿਹੜੇ ਜਜ਼ਬਾਤ ਨੇ ਉਹਨਾਂ ਦੀ ਕਦਰਦਾਨੀ ਵੀ ਹੈ ਸਾਨੂੰ, ਔਰ ਤੁਹਾਡੀਆਂ ਲਿਖਤਾਂ ਅਸੀਂ ਪੜ੍ਹਦੇ ਹਾਂ, ਔਰ ਅਸੀਂ ਅਮੀਰ ਵੀ ਹੁੰਦੇ ਹਾਂ ਤੁਹਾਡੇ ਹਰ ਤਜਰਬੇ ਤੋਂ ਜਾਂ ਤੁਹਾਡੇ ਵੱਲੋਂ ਦਿੱਤੀ ਗਈ ਹਰ ਜਾਣਕਾਰੀ ਤੋਂ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਵਿਊਅਰਸ, ਤੋਂ ਸਾਨੂੰ ਇਸੇ ਤਰ੍ਹਾਂ ਹੀ ਜੁੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।